ਜਾਂਦੇ ਸੱਤਰ ਦੇ ਨਾਲ ਚੌਲ ਪਾਵਾਂਗੇ ਸੱਕਰ। ਜੇ ਦਿਹਾੜੀ ਹੋ ਜੇ ਅੱਛੀ ਦੂਣੀ ਹੋਵੇ ਖੱਟੀ ਆਪੇ ਰੋਟੀ ਮਿਲੇ ਪੱਕੀ। ਜੇ ਦਿਹਾੜੀ ਮਿਲੇ 90 ਤੇ ਕਿਉਂ ਨਾ ਕੰਮ ਫਾਬੇ। ਜੇ ਦਿਹਾੜੀ ਮਿਲੇ 100 ਪੂਰੀ ਖਾਵੇ ਦੇਸੀ ਘਿਓ ਦੀ ਘੁੱਟ ਕੇ ਚੂੜੀ। ਜੇ ਦਿਹਾੜੀ ਹੋ ਜੇ 105 ਦੂਣਾ ਆਵੇ ਆਨੰਦ ਅੱਗੋਂ ਮਲਕ ਦੇ ਰੰਗ। ਜੇ ਦਿਹਾੜੀ ਹੋ ਜੇ 150 5-7 ਕਮੇਟੀਆਂ ਲਏ ਪਾ ਦੋ 3 ਮੱਝਾਂ ਲਏ ਭਰਾ ਦੋ 3 ਦੁੱਧ ਦੇ ਪਾ ਨੇ ਬੈਂਕ ਦਾ ਫੜ ਲੈ ਆਪੇ ਕਰ ਦੇਣੀ ਚੜੇ ਚਾਹ। ਜੇ ਦਿਹਾੜੀ ਮਿਲਣੀ 30 ਤੇ 10 ਕਰਕੇ ਵੀ ਦੇਣਾ ਜੀ। ਜੇ ਦਿਹਾੜੀ ਮਿਲਣੀ 20 ਭੁੱਖੇ ਰੱਖਣੇ ਜੀ ਕਈ ਸਾਮੇ ਕੋਲ ਲੈਂਦੇ ਪੀ ਸਾਮੇ ਕੋਲ ਲੈਂਦੇ ਪੀ ਘਰ ਖੰਡਣਾ ਹੋਵੇ ਘਰ ਦੇ ਵੀ ਆਂਦੇ ਠੰਡਾ ਪਾਣੀ ਪੀ। ਦਿਹਾੜੀ ਨਾ ਲੱਗੇ ਵੱਡੀ ਦੇਣੇ ਕਾਹਨੇ ਸਾਡੇ ਸੁੱਕਰ ਦੇ ਬਹਾਨੇ। ਅੱਜ ਕਮਾਵਾਂਗੇ ਕੱਲ ਨੂੰ ਖਾਵਾਂਗੇ ਕਮੇਟੀਆਂ ਪਾਵਾਂਗੇ ਮੁੰਡੇ ਨੂੰ ਭਰਾ ਕੇ ਹਾਈ ਕੋਰਟ ਦਾ ਜੱਜ ਲਵਾਵਾਂਗੇ। ਦਿਹਾੜੀ ਜੇ ਠੀਕ ਲਈ ਦੀ 70 ਪਰ ਗਰਮੀ 'ਚ ਵੀ ਆ ਜਾਂਦੇ ਨੇ ਚੱਕਰ। ਜੇ 70 ਦੇ ਕੋਈ 60-80 ਦਾ ਭਰਾ ਬੰਦਾ ਡਾਲਾ ਮੇਰੇ ਨੂੰ ਬਸ। ਜੇ 70 ਤਾਂ ਮਿਲਣਾ 80 ਤੇ 80 ਦਾ ਫਿਰ ਕਿਤੇ ਕੰਮ ਹੋਇਆ ਮੈਨੂੰ ਦੱਸੀ। ਜੇ ਦਿਹਾੜੀ ਦੇ ਮਿਲਣੇ 125 ਸੌ ਕੋਈ ਗੱਲ ਚੰਗੀ। ਜੇ ਦਿਹਾੜੀ ਦੇ ਮਿਲਣੇ 140 ਆਪੇ ਖੁਸ਼ ਹੋ ਜੇ ਘਰ ਵਾਲੇ। ਮੀਂਹ ਬੜਾ ਪਿਆ ਜਿਹੜੀ 5 ਗ੍ਰਾਹੀਆਂ ਨਹਿਰ ਸੀ ਪਿੱਛੋਂ ਪਾਣੀ ਆਉਂਦਾ ਕੁਝ ਮੀਂਹ ਦਾ ਰਲ ਗਿਆ ਬੜਾ ਲੋਕਾਂ ਦਾ ਨੁਕਸਾਨ ਹੋਇਆ। ਉਹ ਵਿਚਾਰੇ ਲੋਕੀ ਕੀ ਆਉਂਦੇ ਨੇ ਆਂਦੇ ਪਾਣੀ ਜਾ ਵੜਿਆ ਢਡਿਆਲੇ ਬੁੱਢਾ ਹੱਥ ਮੱਥੇ ਤੇ ਮਾਰੇ ਆਂਦਾ ਖਰਚੇ ਆ ਗਏ ਨੇ ਬੜੇ ਭਾਰੇ ਦੱਸ ਕਿੱਦਾਂ ਹੁੰਦੇ ਗੁਜ਼ਾਰੇ। ਪਿੰਡ ਗੱਲਾਂ ਕਰੇ ਹਰਦਾਨ ਮਨ ਚ ਮਾਰੀ ਗਈ ਫਸਲ ਰੁੜ ਗਿਆ ਸਮਾਨ ਉਹਨਾਂ ਵਾਸਤੇ ਬਣ ਗਿਆ ਪਾਕਿਸਤਾਨ ਹੱਸਾ ਜੋ ਕਰੇ ਭਗਵਾਨ। ਪਾਣੀ ਜਾ ਵੜਿਆ ਮੂੰਹ ਨੰਗਲ ਉੱਥੇ ਖੋਲੇ ਲੋਕਾਂ ਡੰਗਰਾਂ ਦੇ ਸੰਗਲ ਪੈਲੀਆਂ ਗੋਤੇ ਖਾਏ ਸਿਕੰਦਰ ਬੁੱਢਾ ਘਬਰਾਈ ਗਈ ਬੈਠਾ ਅੰਦਰ। ਪਾਣੀ ਜਾ ਵੜਿਆ 5 ਗ੍ਰਾਹੀ ਉੱਥੇ ਰੁੜ ਗਈ ਮੱਝ ਤੇ ਗਾਈ ਮਾਰੀ ਜਾਂਦੀ ਪੁੱਤ ਪਾਣੀ ਵਾਲ ਨਾ ਜਾਈ ਤੂੰ ਆਪਣੀ ਜਾਨ ਬਚਾਈ। ਪਾਣੀ ਜਾ ਰਿਹਾ ਦੌਲਤਪੁਰ ਮੁੰਡਾ ਕਹਿੰਦਾ ਬੁੱਢੇ ਨੂੰ ਬਹੁਤਾ ਨਾ ਝੋਰ ਬੱਜ ਗਿਆ ਕਮਾਦ ਕੱਢਾਂ ਦੇ ਗੁਰ ਨੇ। ਪਾਣੀ ਜਾ ਰਿਹਾ ਦੌਲਤਪੁਰ